ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅਸੀਂ ਇਹ ਜੋ ਅੱਜ ਕਿਸਾਨ ਵਿਰੋਧੀ ਬਿੱਲਾਂ ਦੇ ਅਸੀਂ ਵਿਰੋਧ ਦੇ ਵਿੱਚ ਇੱਥੇ ਇੰਡੀਅਨ ਐਮਬੈਸੀ ਦੇ ਸਾਹਮਣੇ ਖੜੇ ਹਾਂ। ਅਸੀਂ ਜੋ ਇੰਡੀਆ ਦੀ ਗਵਰਨਮੈਂਟ ਆ, ਖਾਸ ਕਰ ਮੋਦੀ ਸਰਕਾਰ ਨੂੰ ਇਹ ਸੱਦਾ ਭੇਜਣਾ ਚਾਹੁੰਦੇ ਹਾਂ ਕਿ ਭਾਈ ਜਿਹੜੇ ਉੱਥੇ ਸਾਡੇ ਕਿਸਾਨ ਭਰਾ ਜਾਂ ਸਾਡੇ ਪਿਓ ਜਾਂ ਅਸੀਂ ਕਿਸਾਨਾਂ ਦੇ ਹੀ ਪੁੱਤ ਹਾਂ, ਉਹਨਾਂ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਵੇ, ਇਹਨਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਇੱਥੇ ਬਹੁਤ ਤੰਗ ਹੁੰਦੇ ਹਾਂ ਅਤੇ ਅਸੀਂ ਉਹਨਾਂ ਹਾਲਾਤਾਂ ਤੋਂ ਤੰਗ ਹੋ ਕੇ ਹੀ ਇਹਨਾਂ ਕੰਟਰੀਆਂ ਵੱਲ ਮੂਵ ਕੀਤਾ ਕੁਛ ਚਿਰ ਪਹਿਲਾਂ। ਸੋ ਸਾਡੀ ਹੱਥ ਜੋੜ ਕੇ ਹੱਥ ਬੰਨ ਕੇ ਇਹ ਬੇਨਤੀ ਹੈ ਕਿ ਇਹਨਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ। ਅਗਰ ਸਰਕਾਰਾਂ ਇਹ ਬਿੱਲ ਨਹੀਂ ਵਾਪਸ ਲੈਂਦੀਆਂ ਤਾਂ ਸਾਨੂੰ ਕੜੇ ਤੋਂ ਕੜੇ ਹੋਰ ਵੀ ਇੰਤਜ਼ਾਮ ਕਰਨੇ ਪੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਇੰਡੀਅਨ ਐਮਬੈਸੀ ਦੇ ਬਾਹਰ। ਖੇਤੀ ਬਿੱਲ ਜੋ ਲੈ ਕੇ ਆਈ ਮੋਦੀ ਸਰਕਾਰ, ਸਾਰੀ ਦੁਨੀਆਂ ਦੇ ਵਿੱਚ ਵਰਲਡ ਵਾਈਡ ਜਿੱਥੇ ਵੀ ਪੰਜਾਬੀ ਜਾਂ ਇੰਡੀਅਨ ਰਹਿ ਰਹੇ ਨੇ ਉਹ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਨੇ ਤੇ ਕਿਸਾਨਾਂ ਦਾ ਸਾਥ ਦੇ ਰਹੇ ਨੇ। ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਮੋਦੀ ਸਰਕਾਰ ਉੱਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਉਹ ਇਹ ਬਿੱਲਾਂ ਨੂੰ ਵਾਪਸ ਲੈਣ ਤੇ ਸਰਕਾਰ ਦੀ ਵਜ੍ਹਾ ਤੋਂ ਲੋਕ ਘਰ ਬਾਰ ਛੱਡ ਕੇ ਸੜਕਾਂ ਦੇ ਉੱਤੇ ਰੇਲਾਂ ਦੀਆਂ ਲਾਈਨਾਂ ਦੇ ਉੱਤੇ ਬੈਠੇ, ਕਿਵੇਂ ਸਦੀ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਜਾਂ ਸੁਣ ਰਹੇ ਹਾਂ, ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਵਿਦੇਸ਼ਾਂ ਵਿੱਚ ਬੈਠ ਕੇ। ਕਈ ਵਾਰੀ ਲੱਗਦਾ ਕੀ ਕਰ ਸਕਦੇ, ਕਰਨ ਦਾ ਇੱਕ ਹੀ ਤਰੀਕਾ ਪ੍ਰੋਟੈਸਟ, ਸਾਨੂੰ ਕਾਨੂੰਨੀ ਹੱਕ ਹੁੰਦਾ ਸੀ। ਅਸੀਂ ਜਿਹੜੇ ਸਾਡੇ ਪਿੱਛੇ ਵੀ ਡਰੈਕਟਰਾਂ ਬੈਠੇ ਹੋਏ ਜੀ, ਅਸੀਂ ਉਹਨਾਂ ਨੂੰ ਸਲੂਟ ਵੀ ਕਰਦੇ ਹਾਂ ਜੋ ਆਪਣਾ ਘਰ ਬਾਰ ਛੱਡ ਕੇ ਦਿਨ ਭਰ ਰਾਤ ਉੱਠਣ ਪਾਣੀ, ਨਾ ਕੋਈ ਉੱਥੇ ਫੈਸਿਲਿਟੀ ਦੀ ਚੀਜ਼ ਹੈ, ਨਾ ਹੀ ਉਹਨਾਂ ਦੇ ਖਾਣ ਪੀਣ ਦੇ ਲਈ ਕੁਛ ਹੈ, ਨਾ ਹੀ ਉਹਨਾਂ ਦੇ ਲਈ ਕੋਈ ਗਵਰਨਮੈਂਟ ਉੱਥੇ ਪਹੁੰਚੀ ਤੱਕ ਨਹੀਂ ਗਈ। ਗਵਰਨਮੈਂਟ ਨੇ ਆ ਕੇ ਪੁੱਛਿਆ ਤੱਕ ਨਹੀਂ ਗਾ ਕਿ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਵਜ੍ਹਾ। ਇਹ ਤਾਨਾਸ਼ਾਹੀ ਜਿਹੜੀ ਹੁੰਦੀ ਹੈ ਇਹ 21ਵੀਂ ਸਦੀ ਦੇ ਵਿੱਚ ਤਾਂ ਬੰਦ ਹੋ ਜਾਣੀ ਚਾਹੀਦੀ ਹੈ। ਕਿਸ ਤਰੀਕੇ ਨਾਲ ਛੋਟੇ ਛੋਟੇ ਬੱਚੇ ਲੋਕਾਂ ਦੇ, ਛੋਟੇ ਛੋਟੇ ਲੋਕਾਂ ਦੇ, ਕੁੜੀਆਂ ਮੁੰਡੇ ਸਾਰੇ ਉੱਥੇ ਸੜਕਾਂ ਦੇ ਬੈਠੇ, ਰੇਲ ਗੱਡੀਆਂ ਦੀ ਲਾਈਨਾਂ ਦੇ ਉੱਤੇ ਬੈਠੇ ਨੇ। ਕਿਉਂ ਨਹੀਂ ਕੋਈ ਸਰਕਾਰ ਉਹ ਕਰ ਰਹੀ, ਸਿਰਫ ਆਪਦੀਆਂ ਰੋਟੀਆਂ ਸੇਕਣ ਦੇ ਲਈ। ਦੋਨੋਂ ਹੀ ਪਾਰਟੀਆਂ, ਅਸੀਂ ਪੰਜਾਬ ਦੀ ਗੱਲ ਕਰਦੇ ਜਾਈਏ, ਦੋਨੋਂ ਹੀ ਪਾਰਟੀਆਂ ਨੇ ਆਪਦੇ ਆਪਦੇ ਰੰਗ ਬਦਲ ਕੇ ਇੱਕ ਨਵਾਂ ਚੋਲਾ ਪਾਰਟੀ ਕੱਢੇ ਹੋਏ, ਪਰ ਸਿਰਫ ਔਰ ਸਿਰਫ ਲੋਕ, ਅਗਰ ਉਹਨਾਂ 'ਚ ਇਨਸਾਨੀਅਤ ਹੈ ਕਿ ਸਾਡੀ ਫੀਲਿੰਗ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿੰਨੇ ਲੋਕ ਇੱਥੇ ਆਏ ਨੇ, ਆਪਦਾ ਕੰਮ ਘਰ ਛੱਡ ਕੇ ਆਏ ਨੇ, ਇੰਨੇ ਪਰੇਸ਼ਾਨ ਨੇ ਉਸ ਮੁਲਕ ਦੇ ਲਈ, ਇੰਨੇ ਪਰੇਸ਼ਾਨ ਨੇ ਪਿੱਛੇ ਆਪਣੇ ਪੰਜਾਬ ਦੇ ਵਿੱਚ, ਹਰਿਆਣੇ ਦੇ ਲਈ, ਸਾਰੇ ਕਿਸਾਨਾਂ ਦੇ ਲਈ, ਹਰ ਮਜ਼ਦੂਰ ਦੇ ਲਈ ਜੋ ਕਿ ਅੱਜ ਕੰਮ ਤੋਂ ਵਿਹਲਾ ਹੋ ਕੇ ਧਰਨਿਆਂ ਵਿੱਚ ਬੈਠਾ ਹੈ। ਅਤੇ 21ਵੀਂ ਸਦੀ ਹੈ ਮੋਦੀ ਸਰਕਾਰ, 21ਵੀਂ ਸਦੀ ਸਹੀ ਹੈ, ਸਾਡੇ ਅੱਛੇ ਦਿਨ ਤਾਂ ਨਹੀਂ ਲੱਗਦਾ ਆਉਣੇ, ਪਰ ਪਲੀਜ਼ ਸਾਨੂੰ ਬੁਰੇ ਹੀ ਲੋਕ, ਅਸੀਂ ਬੁਰਿਆਂ ਵਿੱਚ ਕਾਫੀ ਖੁਸ਼ ਹਾਂ। ਅਸੀਂ ਕਿਸਾਨਾਂ ਦੇ ਬੇਟੇ ਹਾਂ, ਸਾਨੂੰ ਪਤਾ ਕਿ ਕਿਸਾਨ ਦੀ ਜ਼ਿੰਦਗੀ ਕੀ ਚੀਜ਼ ਹੁੰਦੀ ਹੈ। ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ, ਹਮੇਸ਼ਾ ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਕਰਜ਼ੇ ਮਾਫ ਕਰ ਕਰਕੇ ਉੱਤੇ ਹੀ ਸਾਨੂੰ ਡੋਗ ਦਿੱਤਾ ਜਾਂਦਾ ਹੈ। ਪਲੀਜ਼ ਧਿਆਨ ਰੱਖੋ, ਸਾਰੀ ਸਾਡੀ ਜਿਹੜੀ ਮੌਜੂਦ ਆ ਉਸ ਨੂੰ ਪੜ੍ਹਨਾ ਜ਼ਰੂਰੀ ਆ, ਚੀਜ਼ ਨੂੰ ਸਿੱਖਣਾ ਜ਼ਰੂਰੀ ਆ, ਕਾਨੂੰਨ ਨੂੰ ਸਿੱਖਣਾ ਜ਼ਰੂਰੀ ਆ। ਕਾਨੂੰਨ ਨੂੰ ਟੱਕਰ ਦੇਣੀ ਸਾਡਾ ਕਾਨੂੰਨੀ ਹੱਕ ਹੁੰਦਾ। ਗਵਰਨਮੈਂਟ ਕਿਸੇ ਦੀ ਵੀ ਹੋਵੇ, ਗਵਰਨਮੈਂਟ ਗਲਤ ਕਰਦੀ ਹੈ, ਸਾਡੇ ਕੋਲ ਪੂਰਾ ਰਾਈਟ ਹੁੰਦਾ ਉਸ ਦੇ ਲਈ ਅਸੀਂ ਪ੍ਰੋਟੈਸਟ ਕਰਦੇ ਹਾਂ।